ਦੋਸਤੋ ਇਹ ਸਟੋਰੀ ਇੱਕ ਪਿੰਡ ਵੱਲੋਂ ਹੈ ਪੂਰੀ ਜ਼ਰੂਰ ਸੁਣਿਓ। ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ। ਪਿੰਡ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਖੇਤੀ ਕਰਦੀ ਸੀ ਅਤੇ ਨਾਲ ਦੇ ਸ਼ਹਿਰ ਜਾ ਕੇ ਮਜ਼ਦੂਰੀ ਕਰਦੀ। ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆਂ। ਉਦੋਂ ਸਾਡੇ ਪਿੰਡ 10ਵੀਂ ਤੱਕ ਹੀ ਸਕੂਲ ਸੀ। ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਵਾਉਣ ਚਲੀ ਜਾਂਦੀ। ਟਿੱਬਿਆਂ ਵਿੱਚ ਵਸਿਆ ਸਾਡਾ ਪਿੰਡ। ਉੱਥੇ ਨਰਮੇ ਕਪਾਹ ਦੀ ਰੁੱਤੇ ਆਮ ਬੰਨਿਆਂ ਤੇ ਖਾਨ ਨੂੰ ਚਿਬੜ ਮਿਲ ਜਾਂਦੇ 12 ਜਮਾਤਾਂ ਸਹਿਰ ਪਾਸ ਕੀਤੀਆਂ ਮੇਰੇ ਡੈਡੀ ਰਾਜਗਿਰੀ ਦਾ ਕੰਮ ਕਰਦੇ ਸਾਡੇ ਕੋਲ ਆਪਣੀ ਜ਼ਮੀਨ ਸਿਰਫ ਅੱਧਾ ਕੁ ਕੀਲਾ ਹੀ ਸੀ ਘਰ ਦਾ ਖਰਚ ਦੁੱਧ ਪਾ ਕੇ ਜਾਂ ਡੈਡੀ ਦੀ ਮਜ਼ਦੂਰੀ ਨਾਲ ਚੱਲਦਾ ਮੈਂ ਆਪਣੇ ਡੈਡੀ ਵੱਲ ਵੇਖ ਕੇ ਲਾਚਾਰ ਹੋ ਜਾਂਦੀ ਇਹੀ ਲਚਾਰੀ ਮੈਂ ਆਪਣੇ ਵੀਰੇ ਦੀਆਂ ਅੱਖਾਂ ਵਿੱਚ ਵੇਖਦੀ ਜਦੋਂ ਕਦੇ ਬਹੁਤਾ ਮੀਂਹ ਪੈਂਦਾ ਪਿੰਡ ਦੀਆਂ ਗਲੀਆਂ ਦਾ ਪਾਣੀ ਸਾਡੇ ਅੰਦਰ ਆ ਜਾਂਦਾ ਅਤੇ ਅਸੀਂ ਮਾਮਾ ਧੀਆਂ ਬਾਟੇ ਲੈ ਬਾਹਰ ਨੂੰ ਪਾਣੀ ਕੱਢਦੀਆਂ ਮੇਰਾ ਵੀਰਾ ਅਕਸਰ ਡੈਡੀ ਨਾਲ ਲੜਾਈ ਕਰਦਾ ਕਿ ਸਾਰੀ ਉਮਰ ਲੰਘ ਗਈ ਤੇਰੀ ਲੋਕਾਂ ਦੇ ਘਰ ਬਣਾਉਂਦੇ ਆਪਣਾ ਘਰ ਕਦ ਬਣਾਉਣਾ ਮੇਰਾ ਵੀਰਾ ਗਰੀਬੀ ਤੋਂ ਤੰਗ ਆ ਕੇ ਮਰ ਗਿਆ ਉਹਨੇ ਸਾਈਕਲ ਦੀ ਜਿੱਦ ਕੀਤੀ ਸੀ ਪਰ ਡੈਡੀ ਨੇ ਮਨਾਂ ਕਰ ਦਿੱਤਾ ਉਹਦੇ ਨਾਲ ਦੇ ਸਾਰੇ ਮੁੰਡੇ ਸਾਈਕਲ ਤੇ ਜਾਂ ਸਕੂਲ ਜਾਂਦੇ ਸੀ ਉਸ ਨੂੰ ਤੁਰ ਕੇ ਜਾਣਾ ਪੈਂਦਾ ਸੀ ਕਦੇ ਕਿਸੇ ਨੂੰ ਤਰਸ ਆਉਂਦਾ ਚੜਾ ਲੈਂਦਾ ਤੇ ਕਦੇ ਕਿਸੇ ਨੂੰ ਗੁੱਸਾ ਆਉਂਦਾ ਰਾਹ ਚ ਉਤਾਰ ਦਿੰਦਾ ਮੇਰੇ ਡੈਡੀ ਦਾ ਲੱਕ ਟੁੱਟ ਗਿਆ ਸੀ ਉਹ ਘਰ ਬਹਿ ਗਏ ਜਵਾਨ ਪੁੱਤ ਦੀ ਮੌਤ ਉਹਨਾਂ ਤੋਂ ਜਰੀ ਨਹੀਂ ਗਈ ਅਖੀਰ ਮੇਰੀ ਮਾਸਥੀ ਮੈਨੂੰ ਆਪਣੇ ਨਾਲ ਲੈ ਗਈ ਮੇਰੀਆਂ ਡਾਂਸ ਦੀਆਂ ਕਲਾਸਾਂ ਰਗਵਾਈਆਂ ਅਖੀਰ ਮੈਨੂੰ ਇੱਕ ਡੀਜੇ ਗਰੁੱਪ ਵਾਲਿਆਂ ਨੇ ਰੱਖ ਲਿਆ 500 ਰੁਪਏ ਦਿਹਾੜੀ ਤੋਂ ਮੈਂ 1 ਸਾਲ ਬਾਅਦ 2000 ਤੇ ਪਹੁੰਚ ਗਈ ਸੀ ਮਹੀਨੇ ਦੇ 10-12 ਪ੍ਰੋਗਰਾਮ ਲੱਗ ਜਾਂਦੇ ਸੀ ਜ਼ਮੀਨ ਵੇਚ ਕੁਝ ਪੈਸੇ ਜੋੜ ਮੇਰੀ ਮਾਂ ਨੇ ਘਰ ਬਣਾ ਲਿਆ ਸੀ ਇੱਕ ਦਿਨ ਪ੍ਰੋਗਰਾਮ ਤੇ ਸਾਡੇ ਗਰੁੱਪ ਦੇ ਮੁੰਡੇ ਨੇ ਕੋਲਡ ਡਰਿੰਕ ਸ਼ਰਾਬ ਵਿਚ ਮਿਲਾ ਕੇ ਦਿੱ ਸ਼ਾਇਦ ਕੋਈ ਨਸ਼ੇ ਵਾਲੀ ਗੋਲੀ ਵੀ ਸੀ ਇਸ ਵਿੱਚ ਉਸ ਮੁੰਡੇ ਨੇ 5000 ਲੈ ਕੇ ਕਿਸੇ ਵਰਾਤੀ ਕੋਲ ਮੈਨੂੰ ਰੂਮ ਵਿੱਚ ਛੱਡ ਦਿੱਤਾ ਗਲਾਸ ਵਿੱਚ ਮੈਂ ਦੋ ਘੁੱਟ ਹੀ ਭਰੇ ਸੀ ਮੈਨੂੰ ਥੋੜੀ ਹੋਸ਼ ਸੀ ਜਦੋਂ ਉਹ ਮੁੰਡਾ ਮੇਰੇ ਕੋਲ ਆਇਆ ਮੈਂ ਉਸਤੇ ਜਪੇੜ ਮਾਰੀ ਉਸਦੇ ਪਿਓ ਨੇ ਮੇਰੇ ਕੋਲੋਂ ਹੱਥ ਜੋੜ ਮਾਫੀ ਮੰਗੀ ਧੀਏ ਰੰਗ ਚ ਭੈਂਕ ਪੈ ਜਾਉ ਚੁੱਪ ਕਰ ਜਾ ਮੈਂ ਇੱਕ ਪਾਸੇ ਖੜੀ ਹੋ ਰੋ ਰਹੀ ਸੀ ਤੂੰ ਮੇਰੀਆਂ ਧੀਆਂ ਵਰਗੀਆਂ ਅੱਜ ਮੇਰੀ ਇਲਾਜ ਰਖਲਾ ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ ਵਿਆਹ ਤੋਂ ਬਾਅਦ 2 ਦਿਨਾਂ ਬਾਅਦ ਮੈਨੂੰ ਜ਼ਰੂਰ ਮਿਲਣੀ ਪੁੱਤ ਮੈਨੂੰ ਉਸ ਬਜ਼ੁਰਗ ਦੀਆਂ ਗੱਲਾਂ 'ਚ ਤਰਸ ਨਜ਼ਰ ਆ ਰਿਹਾ ਸੀ ਥੋੜੇ ਦਿਨਾਂ ਬਾਅਦ ਮੈਂ ਫੋਨ ਮਲਾਇਆ ਉਹਨਾਂ ਮੈਨੂੰ ਘਰ ਮਿਲਣ ਬੁਲਾਇਆ ਮੈਂ ਗਈ ਬਹੁਤ ਪਿਆਰ ਸਤਕਾਰ ਮਿਲਿਆ ਉਹਨਾਂ ਮੈਨੂੰ ਮਹੀਨੇ ਦੀ ਕਮਾਈ ਬਾਰੇ ਪੁੱਛਿਆ ਮੈਂ ਕਿਹਾ ਆਹੀ 15-20 ਹਜ਼ਾਰ ਕਿੰਨੀਆਂ ਪੜ੍ਹੀਆਂ ਪੁੱਤ 12 ਮੈਂ ਜਵਾਬ ਦਿੱਤਾ ਹਿਸਾਬ ਕਿਤਾਬ ਕਰ ਲਵੇਂਗੀ ਹਾਂਜੀ ਕਰ ਲਵਾਂਗੀ ਉਹਨਾਂ ਮੈਨੂੰ ਆਪਣੇ ਕੱਪੜੇ ਵਾਲੀ ਦੁਕਾਨ ਤੇ ਨੌਕਰੀ ਦੇ ਦਿੱਤੀ। ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ ਕੰਮ ਪਰ ਇੱਜ਼ਤ ਵਾਲਾ ਸੀ। ਮੈਂ ਮੰਜ਼ੂਰ ਕਰ ਲਿਆ। ਕੱਪੜੇ ਦਾ ਵੱਡਾ ਸ਼ੋਰੂਮ ਸੀ। ਅੱਜ 10 ਸਾਲ ਹੋ ਗਏ ਮੈਂ ਉੱਥੇ ਕੰਮ ਕਰਦੀ ਆਂ। ਮੇਰਾ ਵਿਆਹ ਵੀ ਹੋ ਗਿਆ। ਮੇਰੇ ਵਿਆਹ ਤੇ ਜਿੰਨੀਆਂ ਲੋੜੀਂਦੀਆਂ ਚੀਜ਼ਾਂ ਸੀ ਉਹਨਾਂ ਆਪ ਲੈ ਕੇ ਦਿੱਤੀਆਂ। ਅੱਜ ਮੈਂ ਚੰਗੀ ਜ਼ਿੰਦਗੀ ਜੀ ਰਹੀ ਆਂ। ਜਦੋਂ ਮੈਂ ਆਪਣੇ ਪਿਛਲੇ ਜ਼ਿੰਦਗੀ ਵਿੱਚ ਨਿਗਾਹ ਮਾਰਦੀ ਆਂ, ਸੋਚਦੀ ਆਂ ਕਿ ਜੇ ਸਰਦਾਰ ਜੀ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਨਾ ਆਉਂਦੇ ਪਤਾ ਨਹੀਂ ਅੱਜ ਮੈਂ ਕਿੱਥੇ ਰੁਲੀ ਹੋਣਾ ਸੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ